मेरी वांग वे डोला रोंदी नी मानी इत यार मैनू किसी का घर लगन दिया या। अंदर बंदे भी फिरन दे या। नहीं नहीं यार इदा किसी के घर नहीं बनने चाहिए घर आ किसी का यार आओ सर आओ आओ सर सलामकम वालेकुम सलाम जी सर यार बंदा आया किधर गया यादों सोवा माही दे नेड़े होवा मेहरबानी यार उठो यार तंग ही किया जी सर की खाओ पियोगे की वैसे तुसी की आ तेरे को लस्सी का गिलास लाया एक नाल परौंठा लाया एक फाइन है फास्ट फूड है सर फास्ट फूड से पिज्जा मिल रहा है लस्सी का गिलास मैं रोटी नहीं खाना पुत चार परौंठे बस ना लगो सब्जी ले आया और असी की खाना है पुत फाइन है की हो गया जी यार तुहानू ए सर पिज्जे पिज्जा शॉप है पिज्जा पिया हां जी एनवा ओ टई एटी का पेशवा कु पिज्जा पिज्जा हां जी ए की है ए फाइन साडा मेन्यू बुक है इहदे विच तुसी चीज सिलेक्ट करो किहड़ी चीज खानी है मैं लेओ मेनू याद की होना मेरा पेपर होने तेरी मेहरबानी उठ के भाई दस मैं की खाना वा पढ़ पढ़ के मैं सुना यार दस की लिखा यार मैं दस देना तेन पिज्जा आख्या पिज्जा हाँ जी पिज्जा दस की लिखा यार फाइन ए साडी डील है जी पिज्जे की 800 रुपए की डील है अच्छा जी ठीक है एदे नाल एक पिज्जा तुहानू फ्री अगर मीडियम लोगे तो नाल एक फ्री और भाई एक ही खाना है मैं फाइन पिज्जे दे नाल एक पिज्जे दे नाल एक पिज्जा फ्री है यार मैनू जद भुख ही एक दी मैं दो की करने डील है ना बड़ा म्यार है मतलब नाम है जी गौरी पिज्जा वाले ठीक है जी रैमन टाउन साडे जिथो मर्जी पूछ लो रैमन टाउन दे गौरी पिज्जे वाले गेड़े ने गौरी पिज्जा जी गौरी हां गौरी पिज्जा ए गोल्डन पर ला लेना बस गौरी की मतलब गौरी फाइन गौरी 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 जी अच्छा ओके मेरे गौर कर उच्चो गौरी गौरी पिज्जा गौरी
ਤੇ ਹੋਰ ਕੀ ਕੀ ਆ ਇਸ ਤੋਂ ਇਲਾਵਾ ਪੀਜ਼ਾ ਹੈ ਅੱਛਾ ਠੀਕ ਹੈ ਜੀ ਹੌਟ ਵਿੰਗਸ ਹੈ ਪਾਸਤਾ ਜ਼ਰਾ ਆਸਤਾ ਪਾਸਤਾ ਪਾਸਤਾ ਉਹ ਪਾਸਤਾ ਪਾਸਤਾ ਓਏ ਬੰਦੇ ਆ ਗਦਾਰ ਆ ਪਾਸਤਾ ਨਹੀਂ ਹੁੰਦਾ ਹਾਂਜੀ ਉਹ ਬਾਦਸ਼ਾਹ ਆਖਦਾ ਆ ਅੱਛਾ ਅੱਛਾ ਮੈਂ ਤੁਹਾਨੂੰ ਸਮਝਾ ਰਿਹਾ ਨਾ ਸਰ ਮੈਨੂੰ ਕੀ ਸਮਝਾ ਰਿਹਾ ਆ ਸਰ ਡਿਲੀਵਰੀ ਵੀ ਫ੍ਰੀ ਹੈ ਇਹਦਾ ਮਤਲਬ ਜੇ ਕੋਈ ਘਰ ਦੇ ਵਿੱਚ ਮੇਰੀ ਬੀਵੀ ਨੂੰ ਕੋਈ ਬੱਚੀ ਬੁੱਚਾ ਆਉਣ ਵਾਲਾ ਹੋਵੇ ਇੱਥੇ ਲੈ ਗਿਆ ਤੁਹਾਡੇ ਕੋਲ ਭਾਵੇਂ ਹੋਮ ਡਿਲੀਵਰੀ ਕਹਿ ਰਹੇ ਆ ਸਰ ਹੋਮ ਡਿਲੀਵਰੀ ਅਗਰ ਤੁਸੀਂ ਘਰ ਬੈਠੇ ਹੋਏ ਆਰਡਰ ਦੋਗੇ ਤੁਹਾਨੂੰ ਸਾਡਾ ਨੁਮਾਇੰਦਾ ਉੱਥੇ ਜਾ ਕੇ ਤੁਹਾਨੂੰ ਪਹੁੰਚਾ ਕੇ ਆਏਗਾ ਪੀਜ਼ਾ ਪੀਜ਼ਾ ਹਾਂਜੀ ਪੀਜ਼ਾ ਕੋਈ ਵੀ ਚੀਜ਼ ਜਾਨੀ ਪਾਸਤਾ ਮੰਗਾ ਲਓ ਬੋਤਲ ਮੰਗਾ ਲਓ ਚਿਪਸ ਇਹ ਫ੍ਰਾਈਜ਼ ਵੀ ਮਿਲ ਜਾਂਦੀ ਹਰ ਚੀਜ਼ ਮਿਲੇਗੀ ਸਰ ਤੁਹਾਨੂੰ ਬਹੁ ਗੱਲ ਭਲਾ ਕੀ ਆ ਪੀਜ਼ਾ ਦਾ ਖਾਣਾ ਆ ਇੱਕ ਜੀ ਸਰ ਬਸ ਉਹ ਦੱਸ ਉਹ ਕੀ ਆਈਟਮਾਂ ਆ ਇਹਦੇ ਵਿੱਚ ਸਰ ਉਹਦੇ ਵਿੱਚ ਇੱਕ ਪੀਜ਼ਾ ਹੈ ਉਹਦੇ ਵਿੱਚ ਮੁxtਲਫ ਮੁxtਲਫ ਸਾਈਜ਼ ਹੁੰਦੇ ਨੇ ਸਾਈਜ਼ਿੰਗ ਹੁੰਦੀ ਆ ਇਹਦੇ ਵਿੱਚ ਸਾਈਜ਼ਿੰਗ ਮਸ਼ੀਨ ਦੀ ਗੱਲ ਕਰ ਰਹੇ ਆ ਸਾਈਜ਼ਿੰਗ ਮਸ਼ੀਨਾਂ ਨਹੀਂ ਭੈਣ ਸਾਈਜ਼ ਹੁੰਦਾ ਹੀ ਨਹੀਂ ਆ ਦੇਖੋ ਇਹ ਪੀਜ਼ਾ ਹੈ ਅੱਛਾ ਭੈਣ ਤਮੀਜ਼ ਦੇ ਨਾਲ ਬੈਠੋ ਪਾਉਣ ਨੀਚੇ ਕਰੋ ਯਾਰ ਤੁਹਾਨੂੰ ਤਮੀਜ਼ ਨਹੀਂ ਹੈ ਨੀਚੇ ਕਰੋ ਯਾਰ ਪਾਉ ਭੈਣ ਉਹਨਾਂ ਨੇ ਸਾਨੂੰ ਆ ਕੇ ਮੇਰੇ ਮੈਨੇਜਰ ਨੇ ਮੈਨੂੰ ਫੜ ਦੇਣਾ ਹੈ ਐਡਾ ਸੋਹਣਾ ਦਾ ਬੱਚਾ ਆ ਤੂੰ ਮੈਨੇਜਰ ਨੂੰ ਬੁਲਾ ਮੈਂ ਗੱਲ ਕਰ ਲੈਣਾ ਆ ਤੇਰੀ ਕੀ ਗੱਲ ਹੈ ਤੈਨੂੰ ਸੋਹਣਾ ਬੱਚਾ ਉਹ ਭਾਈ ਮੈਂ ਤੈਨੂੰ ਕਹਿ ਰਿਹਾ ਆ ਪੀਜ਼ਾ ਹੁੰਦਾ ਹੈ ਠੀਕ ਹੈ ਇਹ ਪੀਜ਼ਾ ਕਦੋਂ ਆ ਇਹਦਾ ਟੇਬਲ ਆ ਪਾਇੰਟ ਸਾਈਜ਼ ਦੱਸ ਰਹੇ ਆ ਤੁਹਾਨੂੰ ਇਹ ਛੋਟਾ ਸਾਈਜ਼ ਹੈ ਅੱਛਾ ਠੀਕ ਹੈ ਜੀ ਅੱਛਾ ਇਸ ਤੋਂ ਬੜਾ ਇਹਨੂੰ ਕਹਿੰਦੇ ਸਮਾਲ ਇਸ ਤੋਂ ਥੋੜਾ ਬੜਾ ਹੋ ਜਾਏਗਾ ਮੀਡੀਅਮ ਉਸ ਤੋਂ ਥੋੜਾ ਵੱਡਾ ਹੋ ਜਾਏਗਾ ਲਾਰਜ ਉਸ ਤੋਂ ਵੱਡਾ ਐਕਸਟਰਾ ਲਾਰਜ ਤਾਂ ਹੁਣ ਹੀ ਤੂੰ ਕਹਿ ਰਿਹਾ ਸੀ ਪੀਜ਼ਾ ਹੁੰਦਾ ਆ ਸਾਡੇ ਕੋਲ ਹੁਣ ਹੀ ਤੂੰ ਕਹਿ ਰਿਹਾ ਮੇਰੇ ਕੋਲ ਮੀਡੀਅਮ ਲਾਰਜ ਹੁੰਦਾ ਆ ਆ ਪੀਜ਼ੇ ਮੁੱਕ ਗਏ ਆ ਪਾਇੰਟ ਪੀਜ਼ੇ ਮੁੱਕ ਨਹੀਂ ਗਏ ਸਰ ਇਹ ਸਾਈਜ਼ ਹੁੰਦੇ ਨੇ ਇਹਨਾਂ ਦੇ ਪੀਜ਼ਿਆਂ ਦੇ ਅੱਛਾ ਵੱਡਾ ਛੋਟਾ ਹੁੰਦਾ ਆ ਹਾਂ ਵੱਡਾ ਛੋਟਾ ਵੱਡਾ ਪੀਜ਼ਾ ਲੈ ਗਿਆ ਵੱਡਾ ਸਰ ਵੱਡਾ ਮੈਂ ਕਹਿੰਦਾ ਕੋ ਖਾਦਾ ਨਹੀਂ ਜਾਣਾ ਕਾਫੀ ਹੈਵੀ ਹੁੰਦਾ ਉਹ ਤੈਨੂੰ ਹਲੇ ਕੋ ਤਾਂ ਸਾਡੀਆਂ ਖਰਾਕਾਂ ਦਾ ਨਹੀਂ ਪਤਾ ਪਿੰਡ ਅਸੀਂ ਖਾ ਲਈਦਾ ਪੂਰੀ ਪੂਰੀ ਬਾਲਦੀ ਦੁੱਧ ਦੀ ਪੀ ਜਾਈਦੀ ਆ ਤੈਨੂੰ ਹਲੇ ਸਾਡੀਆਂ ਭੁੱਖਾਂ ਦਾ ਨਹੀਂ ਪਤਾ ਮੈਂ ਪੀਜ਼ਾ ਤਰਫੋਂ ਨਹੀਂ ਖਾਦਾ ਜਾਣਾ ਮੈਂ ਕਹਿੰਦਾ ਤੁਸੀਂ ਡੀਲ ਚ ਲੈ ਲਓ ਇੱਕ ਮੀਡੀਅਮ ਲੈ ਲਓ ਇੱਕ ਨਾਲ ਮੀਡੀਅਮ ਤੁਹਾਨੂੰ ਫ੍ਰੀ ਮਿਲ ਜਾਏਗਾ ਉਹ ਨਹੀਂ ਕਾਕਾ ਤੂੰ ਵੱਡਾ ਪੀਜ਼ਾ ਲੈ ਕੇ ਆ ਇੱਕ ਵੱਡਾ ਜਾ ਅੱਛਾ ਸਰ ਪੀਸ ਕਿੰਨੇ ਕਰਵਾਣੇ ਨੇ ਉਹਦੇ ਕਿੰਨੇ ਕਰਕੇ ਦਿੰਦੇ ਆ ਤੁਸੀਂ ਸਰ 4 ਕਰਾਣੇ ਜਾਂ 8 ਕਰਾਣੇ ਨੇ ਓ ਯਾਰ ਗੱਲ ਭਲਾ ਕੀ 4 ਕਰਾ ਲਾ 8 ਮੇਰੇ ਕੋ ਖਾਦੇ ਨਹੀਂ ਜਾਣ ਪਾਇਨ ਪੀਜ਼ਾ ਤੇ ਉਹੀ ਰਹਿਣਾ ਹੈ ਨਾ ਅੱਛਾ ਹਾਂਜੀ ਚੱਲ ਜਾ ਮੇਰਾ ਪੁੱਤ ਲੈ ਕੇ ਆ ਪਾਇਨ ਤਮੀਜ਼ ਯਾਰ ਲੱਤ ਥੱਲੇ ਲਾਓ ਯਾਰ ਥੱਲੇ ਲਾ ਲੱਤ ਭਈ ਯਾਰ ਤੈਨੂੰ ਬੈਠਣ ਦਾ ਨਹੀਂ ਪਤਾ ਹੈ ਯਾਰ ਉਹ ਤੇਰੀ ਇੱਜ਼ਤ ਕਰੀ ਜਾ ਰਹੇ ਯਾਰ ਯਾਰ ਮੈਂ ਇਦਾਂ ਫੁੱਲ ਫ੍ਰੀ ਬੈਠਾ ਆ ਜਾ ਤੂੰ ਪੀਜ਼ਾ ਲੈ ਕੇ ਆ ਪਾਇਨ ਪੀਜ਼ੇ ਨੂੰ ਕਮ ਸੇ ਕਮ 10 ਤੋਂ 15 ਮਿੰਟ ਲੱਗਨੇ ਨੇ 10 ਤੋਂ 15 ਮਿੰਟ ਲੱਗਨੇ ਜੀ ਸਰ ਮੈਂ ਤੇ ਬਿਸ਼ਾਲ ਭੁੱਖਾ ਮਰ ਜਾਵਾਂ ਇਹ ਗਾਲੀ ਮਾਰ ਦੂੰ ਹੁਣ 15 ਮਿੰਟ ਤੇ ਲੱਗਣੇ ਨੂੰ ਬਣਾਣਾ ਨਹੀਂ ਹੈ ਤਿਆਰ ਨਹੀਂ ਕਰਨਾ ਪੀਜ਼ਾ ਆ ਸਾਡੇ ਪਿਛਲੇ ਜੋਂਗ ਮਲਤਾਨੀ ਹੋਟਲ ਵਾਲੇ ਆ ਦੇਗਾ ਪਹਿਲੇ ਤਿਆਰ ਕਰਕੇ ਰੱਖੀਆਂ ਹੁੰਦੀਆਂ ਉਹਨਾਂ ਨੇ ਜਾਓ ਆਰਡਰ ਦਿਓ 5 ਮਿੰਟਾਂ ਚ ਅਗਲੇ ਰੋਟੀ ਸਾਲਣ ਸਲਾਦ ਹਰ ਚਾ ਤੁਹਾਡੇ ਅੱਗੇ ਰੱਖ ਦਿੰਦੇ ਭਾਇਨ ਉਹ ਐ ਫਾਸਟ ਫੂਡ ਹੈ ਜਨਾਬ ਉਹ ਘਰੇਲੂ ਰੈਗੂਲਰ ਆਈਟਮ ਹੈ ਅੱਗੇ ਤੇ ਯਾਰ ਤੁਸੀਂ ਵੀ ਬਣਾ ਕੇ ਰੱਖਿਆ ਕਰੋ ਗਾਹ ਗਾਹ ਉਹਦੇ ਅੱਗੇ ਰੱਖੋ ਬਸ ਗੱਲ ਨੂੰ ਭਾਇਨ ਐ ਫਰੈਸ਼ ਚੀਜ਼ ਹੀ ਖਾਣ ਦਾ ਮਜ਼ਾ ਆਂਦਾ ਐ ਫਰੈਸ਼ ਚੀਜ਼ ਹੀ ਰੱਖੀ ਦੀ ਐ ਜਿਹੜਾ ਆਰਡਰ ਹੋਣਾ ਸੀ ਉਹਨੇ ਹੀ ਤਿਆਰ ਕਰਨਾ ਨਹੀਂ ਤੇ ਖਰਾਬ ਹੋ ਜਾਂਦਾ ਅੱਛਾ ਜਾ ਫਿਰ ਲੈ ਗਿਆ ਵੱਡਾ ਲੈ ਕੇ ਆਈ ਜੀ ਸਰ 15 ਮਿੰਟ ਲੱਗਣੇ ਨੇ ਉਹ ਤੂੰ ਜਾਊਂਗਾ ਤੇ 15 ਮਿੰਟ ਮੁੱਕਣੇ 15 ਮਿੰਟ ਹੋ ਗਏ ਮੇਰਾ ਸਿਰ ਖਾਈ ਜਾ ਰਿਹਾ ਸੀ ਹੋਰ ਸਰ ਨਾਲ ਦੀ ਚੀਜ਼ ਨਾਲ ਰਾਇਤਾ ਸਲਾਦ ਲੈ ਆ ਹੋਰ ਉਹ ਭਾਈ ਓਏ ਉਹ ਰਾਇਤਾ ਸਲਾਦ ਉਹ ਮਸਲੇ ਨੂੰ ਕਿਹਦੀ ਮੰਠਾਰ ਬਾਸੇ ਬੈਠਾ ਨੂੰ ਉਹ ਰਾਇਤਾ ਸਲਾਦ ਨਹੀਂ ਹੁੰਦੀ ਭਾਜੀ ਇਹਦੇ ਨਾਲ ਨਾ ਸੌਸ ਹੁੰਦੀ ਐ ਦੇਖੋ ਐ ਸੌਸ ਹੁੰਦੀਆਂ ਨੇ ਐ ਇਹਦੇ ਨਾਲ ਡਿਪ ਕਰਕੇ ਖਾਣਾ ਐ ਸੌਸਾ ਹਾਂਜੀ ਸੌਸ ਮੈਂ ਆ ਕੇ ਪਤਾ ਨਹੀਂ ਨੋ ਪਾਲੇ ਜਾਏ ਅੱਛਾ ਇਹ ਸੌਸਾ ਆਖਦੇ ਐ ਇਹਨੂੰ ਉਹ ਭਾਇਨ ਐ ਕੈਚਅਪ ਹੁੰਦੀ ਐ ਕੈਚਅਪ ਫਰਨੀਚਰ ਪਾਲਿਸ਼ ਕਰੀਦੀ ਇਹਦੇ ਨਾਲ ਪਾਇਨ ਐ ਪੀਜ਼ੇ ਦੇ ਨਾਲ ਨਾ ਇਹਨੂੰ ਪੀਜ਼ੇ ਦੇ ਨਾਲ ਹਲਕਾ ਡਿਪ ਕਰਕੇ ਖਾਈਦਾ ਉਹ ਡਿਪ ਡਿਪ ਨਾ ਕਰ ਸਿੱਧੇ ਤੇ ਨਾਲ ਪੇਂਡੂ ਬੰਦੇ ਭਿਓ ਕੇ ਖਾਣਾ ਆ ਹਾਂਜੀ ਆਹ ਤੇ ਗੱਲ ਮੱਕੀ ਜਾ ਮੇਰਾ ਪੁੱਤ ਲੈ ਗਿਆ ਯਾਰ ਕੁਛ ਆਖਿਆ ਤੂੰ ਨਹੀਂ ਨਹੀਂ ਜੀ ਮੈਂ ਕਹਿ ਰਿਹਾ ਜੀ ਮੈਂ ਹੁਣ ਲੈ ਆਵਾਂ ਆਰਡਰ ਤੁਹਾਡਾ ਹਾਂ ਤਾਂ ਜਾ ਲੈ ਕੇ ਆ ਵੱਡਾ ਵੱਡਾ ਪੀਜ਼ੇ ਲੈ ਕੇ ਆਵਾਂਗੇ ਜਨਾਬ ਹਾਏ ਲਾ ਅਮੇਡੀ ਵਾਂਗ ਵੇ ਡੋਲਾ ਰੋਂਦੀ ਨੀ ਮਾਣੀ ਜਿੱਥੇ ਜਾ ਕੇ ਵਸੇ ਆਏ ਮੇਡੇ ਦਿਲ ਦਾ ਜਾਨੀ ਤੇਡੇ ਪਿਆਰ ਵਿੱਚ ਮੈਂ ਬਦਲਾ
ਇਹ ਕੀ ਤਰੀਕਾ ਵਾ ਨਾ ਯਾਰ ਤੂੰ ਤਮੀਜ਼ ਨਹੀਂ ਹੈ ਰੈਸਟੋਰੈਂਟ 'ਚ ਬੈਠੇ ਥੱਲੇ ਲਾਓ ਲੱਤਾਂ ਯਾਰ ਉਹ ਹੁਣ ਬੰਦਾ ਖਾਰਿਸ਼ ਵੀ ਨਾ ਕਰੇ ਤੈਨੂੰ ਖਾਰਿਸ਼ ਪਈ ਤੇ ਘਰ ਹੀ ਰਹਿਣਾ ਸੀ ਭਾਈ ਤੈਨੂੰ ਨਹੀਂ ਪਤਾ ਯਾਰ ਕਿਤੇ ਰੈਸਟੋਰੈਂਟ 'ਚ ਬੈਠਾ ਯਾਰ ਤੂੰ ਉਹ ਯਾਰ ਤੂੰ ਮੇਰਾ ਦਿਮਾਗ ਖਾ ਲਿਆ ਯਾਰ ਦਿਮਾਗ ਖਾ ਲਿਆ ਪੈਰ ਥੱਲੇ ਖਾ ਯਾਰ ਤੇ ਤਮੀਜ਼ ਯਾਰ ਤੇ ਖਾਣਾ ਰੱਖੀਦਾ ਤੂੰ ਉਹਦੇ ਉੱਤੇ ਪੈਰ ਰੱਖੇ ਹੋਏ ਨੇ ਯਾਰ ਯਾਰ ਐ ਲਾ ਯਾਰ ਨੂੰ ਥੱਲੇ ਰਹਿਣ ਦੇ ਮੈਨੂੰ ਟੁੱਟੀ ਯਾਰ ਅਦ ਤੇਰੀ ਉਹ ਯਾਰ ਤੈਨੂੰ ਕੀ ਮੈਂ ਜਿੱਦਾਂ ਮਰਜ਼ੀ ਬਵਾ ਯਾਰ ਜਾ ਬਹੁ ਪੀਆ ਲੈ ਕੇ ਆ ਤੂੰ ਚੱਲ ਮੇਰਾ ਪੁੱਤ ਚੱਲ ਸ਼ੋਰ ਨਹੀਂ ਕਰਨਾ ਅੱਛਾ ਪਾਣ ਕਸਟਮਰ ਡਿਸਟਰਬ ਹੁੰਦੇ ਨੇ ਜੇ ਮੇਰੇ ਗੌਂਡ ਨਾਲ ਤੇਰੇ ਮਰੀਜ਼ ਡਿਸਟਰਬ ਹੋ ਰਹੇ ਆ ਤੇ ਮੈਂ ਮਰੀਜ਼ ਕੀ ਮਸਲਾ ਸੱਦਾ ਲਾਇਆ ਤੂੰ ਯਾਰ ਉਹ ਭਾਈ ਕਸਟਮਰ ਭਾਣ ਕਸਟਮਰ ਤੇ ਕਸਟਮਰ ਕੀ ਹੁੰਦਾ ਆ ਇਹ ਕਿਹੜੀ ਬਲਾ ਦਾ ਨਾਮ ਆ ਆ ਜਿਹੜੀ ਚੀਕੂ ਵੀ ਜੁਲੇ ਐਂਡ ਦੀ ਬਲਾ ਦਾ ਨਾਮ ਭਾਈ ਕਸਟਮਰ ਪੁੱਛਿਆ ਆ ਚੀਕੂ ਵੀ ਚੂ ਕਿਥੋਂ ਆ ਰਹੇ ਭਾਣ ਕਸਟਮਰ ਹੀ ਕਹਿ ਰਹੇ ਨੇ ਗਾਗ ਗਾਗ ਜਿੱਦਾਂ ਤੁਸੀਂ ਗਾਗ ਰੱਬ ਦੀ ਰਹਿਮਤ ਹੁੰਦੇ ਨੇ ਉਹ ਜ਼ਹਿਮਤ ਬਣ ਕੇ ਆ ਗਏ ਹੋ ਕੀ ਆਖਿਆ ਮੈਂ ਕਿਹਾ ਜੀ ਗਾਹਕ ਰੱਬ ਦੀ ਰਹਿਮਤ ਹੁੰਦੇ ਨੇ ਮੈਂ ਤੁਹਾਡੀ ਬੜੀ ਰਿਸਪੈਕਟ ਕਰ ਰਿਹਾ ਮੈਂ ਜ਼ਰਾ ਕਸਟਮਰ ਨੂੰ ਦੇਖ ਲਵਾਂ ਮੈਂ ਤੁਹਾਡਾ ਆਰਡਰ ਜ਼ਰਾ ਰੈਡੀ ਕਰਵਾ ਲਵਾਂ ਮੈਂ ਚੱਲ ਜਾ ਮੇਰਾ ਪੁੱਤਰ ਜਲਦੀ ਆ ਭੁੱਖ ਬਹੁਤ ਲੱਗੀ ਆ ਮੈਨੂੰ ਫੁੱਲ ਇਦਾਂ ਲਾਇਆ ਜਿੱਦਾਂ ਮੈਂ ਅਮਰੂਦਾਂ ਦੇ ਬਾਗ 'ਚ ਆਇਆ ਆ ਫੁੱਲ ਹੀ ਫੁੱਲ ਰੱਖੇ ਆ ਇੱਥੇ ਆਏ अजे मैं होंदी डोलना डोलना सोने दी तवी तड़ी और एंदी गल नाल लग के ते थले ला लता यार तेनु मैं ओ बर्दाश्त करी जा रही यार तमीज है तेनु तेनु हैगी आ तू हुण ते मैं गाना भी चेंज कर लिया यार ओ गाना चेंज कर ले गाना कल ही गई जन्ना यार तू किहड़ा ते किथे घर बैठा अपने छत ते बैठा तू यार रेस्टोरेंट है यार तुम तमीज नहीं है मैनर नहीं है यार पढ़े लिखे लगता नहीं मेनू है किसी एंगल तो तेन मैं अगे भी दस छे पढ़िया मैं छे बड़ी बहादरी की छे पढ़ के तू मेरे नाल बहुत ही अंग्रेजी गुरु जी ना झाड़ी तेरे नाल बहुत ही अंग्रेजी आती है मेनू ਜਿਸ ਦਿਨ ਮੈਂ ਦਹੀਂ ਖਾ ਲਵਾਂ ਉਸ ਦਿਨ ਮੈਨੂੰ ਖੁੱਲ ਕੇ ਆਉਂਦੀ ਆ ਉਹ ਭਾਈ ਓਏ ਓਏ ਕਿਸ ਕਿਸ ਚੀਜ਼ ਦਾ ਨਾਮ ਤੂੰ ਅੰਗਰੇਜ਼ੀ ਰੱਖਿਆ ਅੰਗਰੇਜ਼ੀ ਜਿਹਨੂੰ ਅੰਗਰੇਜ਼ੀ ਕਹਿੰਦੇ ਆ ਅੰਗਰੇਜ਼ੀ ਯਾਰ ਮੈਨੇਜਰ ਨੇ ਮੈਨੂੰ ਕਰ ਦੇਣਾ ਯਾਰ ਤੂੰ ਤੇਰੀ ਮਿਹਰਬਾਨੀ ਨੇ ਵਿਜ਼ਿਟ ਤੈਨੂੰ ਕਿਉਂ ਕਰ ਦੇਣਾ ਐਡਾ ਦਾ ਸੋਹਣਾ ਬੱਚਾ ਆ ਹਲੋ ਅਮੀਰਦਾਰ ਰਾ ਭਾਈ ਯਾਰ ਨਹੀਂ ਯਾਰ ਠੀਕ ਆ ਮਸਲਾ ਨੇ ਕਿ ਤੂੰ ਕਿਹੜੀ ਗੱਲਾਂ ਕਰੀ ਜਾ ਰਹੇ ਯਾਰ ਮੈਨੇਜਰ ਨੂੰ ਸਿਫਾਰਿਸ਼ ਕਰ ਦਿੰਨੇ ਆ ਤੇਰੀ ਤਨਖਾਹ ਵੀ ਵਧਾ ਦੂਗਾ ਓ ਯਾਰ ਭਾਈ ਜਾਨ ਤੁਸੀਂ ਤੁਹਾਡੀ ਮਿਹਰਬਾਨੀ ਹੈ ਤੁਸੀਂ ਮੇਰੀ ਨਾ ਕਰਨਾ ਸਵਾਲ ਤੁਸੀਂ ਤਮੀਜ਼ ਦੇ ਨਾਲ ਬੈਠਣਾ ਠੀਕ ਹੈ ਦੇ ਨਾਲ ਬੈਠਣਾ ਹਾਂ ਓਕੇ ਹੁਣ ਮੈਂਟ ਮਾਰ ਗਿਆ ਯਾਰ ਭੁੱਖ ਬਹੁਤ ਲੱਗੀ ਆ ਯਾਰ ਬਹੁ ਚੱਲ ਸਾਨ ਪਾਣੀ ਜੱਗ ਗਲਾਸ ਪਾਣ ਪਾਣੀ ਸਰ ਐਕਚੁਅਲੀ ਜੱਗ ਨਹੀਂ ਹੁੰਦਾ ਨੈਸਲੇ ਦੀ ਬੋਤਲ ਹੁੰਦੀ ਉਹ ਆ ਜਾਂਦੀ ਹੈ ਤੁਹਾਨੂੰ ਉਹਨੂੰ ਜੱਗ 'ਚ ਪਾ ਲਿਆ ਉਹ ਭਾਜੀ ਉਹਨੂੰ ਜੱਗ 'ਚ ਕੱਲ ਹੀ ਪਾਣਾ ਵਾ ਹੈ ਹੀ ਪਾਣੀ ਦੀ ਬੋਤਲ ਜਾ ਫਿਰ ਪਾਣੀ ਲੈ ਗਿਆ ਚੱਲ ਆਏ ਬਹੁ ਉਹ ਯਾਰ ਮੈਂ ਕਿੱਥੇ ਆ ਗਿਆ ਆ ਕੋਈ ਰਹਿਤਾ ਕੋਈ ਸਲਾਤਾ ਨਾ ਭਾਈ ਹੱਲੇ ਮੈਂ ਜਾ ਰਿਹਾ ਤੁਸੀਂ ਫੇਰ ਪਿੱਛੋਂ ਆਵਾਜ਼ ਮਾਰਤੀ ਹੈ ਭਾਈ ਉਹ ਕਾਤਾ ਕੋਈ ਰਹਿਤਾ ਕੋਈ ਸਲਾਤਾ ਲਿਆ ਕੇ ਰੱਖ ਇੱਥੇ ਮੇਰਾ ਦਿਲ ਤਾਂ ਲੱਗੇ ਵੀ ਤੂੰ ਰਹਿਤੇ ਨਾਲ ਗੱਲਾਂ ਕਰਨੀਆਂ ਯਾਰ ਭਾ ਮੈਨੂੰ ਪਤਾ ਤਾਂ ਲੱਗੇ ਕੋਈ ਸ਼ਾਇ ਆਈ ਆ ਮੇਰੇ ਅੱਗੇ ਕੋਈ ਰਹਿਤਾ ਲਿਆ ਤਾਂ ਨਹੀਂ ਉਹ ਪੰਨ ਰਹਿਤਾ ਨਹੀਂ ਹੁੰਦਾ ਸਰ ਮੈਂ ਤੁਹਾਨੂੰ ਕਿਹਾ ਕੈਚਅਪ ਹੁੰਦੀ ਹੈ ਸਰ ਕੈਚਅਪ ਹੁੰਦੀ ਆ 2 ਮਿੰਟ ਦਾ ਤੁਹਾਡਾ ਆਰਡਰ 2 ਮਿੰਟ ਦਾ ਰਹਿ ਗਿਆ ਮੈਂ 2 ਮਿੰਟ ਦਾ ਆਰਡਰ ਲੈ ਕੇ ਆਇਆ ਜਨਾਬ ਪੀਜ਼ੇ ਦਾ ਚੱਲ ਜਾ ਮੇਰਾ ਕਾਤਾ ਜਲਦੀ ਆ ਮਾਇਆ ਨਾ ਜਾਨ ਨਿਕਲੀ ਪਈ ਆ ਮੇਰੀ ਇੰਨੀ ਕਿ ਦੇਰ ਆ ਉਹ ਭਾਏ ਮੈਨੂੰ ਹਲੇ ਯਾਦ ਲੈਣ ਨੂੰ ਮੈਂ ਹਲੇ ਉੱਥੇ ਪਹੁੰਚ ਗਿਆ ਪਿੱਛੋਂ ਆਵਾਜ਼ ਮਾਰ ਜਾਂਦਾ ਯਾਰ ਤੂੰ ਮੈਂ ਆਖਿਆ ਵੱਡਾ ਪੀਜ਼ਾ ਲੈਣਾ ਆ ਵੱਡਾ ਉਹ ਭਾਈ ਜੀ ਵੱਡਾ ਹੀ ਤੁਹਾਨੂੰ ਕਿਹਾ ਵੱਡਾ ਹੀ ਪੀਜ਼ਾ ਲੈ ਕੇ ਆਵਾਂਗਾ ਕੀ ਹੋ ਗਿਆ ਤੁਹਾਨੂੰ ਸਰ ਉਹ ਮੇਰੇ ਨਾਲ ਬਹਿ ਕੇ ਖਾਣਾ ਆ ਇੱਥੇ ਦੋਵਾਂ ਨੇ ਆਪਾਂ ਭਾਈ ਮੈਂ ਤਾਂ ਨਾ ਕੱਲ ਹੀ ਬਹਿ ਕੇ ਖਾਣਾ ਯਾਰ ਯਾਰ ਆਪਾਂ ਯਾਰ ਨਹੀਂ ਖਾ ਲਾਂਗਾ ਯਾਰ ਤੇਰੇ ਨਾਲ ਬੈਠ ਕੇ ਯਾਰ ਤੇਰੀ ਮਿਹਰਬਾਨੀ ਆ ਤੂੰ ਆ ਖਾਣ ਵਾਲੀ ਗੱਲ ਕਰ ਯਾਰ ਮਿੰਟ ਮਾਰ ਕੇ ਆ ਭੁੱਖ ਬਹੁਤ ਲੱਗੀ ਆ ਯਾਰ ਬਹੁ ਲੈ ਆ ਕੁਛ ਜੀ ਸਰ ਸਰ ਲੜਾਈ ਨਾ ਮੇਰੀ ਕਿਤੇ ਨਹੀਂ ਸਰ ਚੱਲ ਕਿੱਦਾਂ ਲੜ ਉਹ ਕੀ ਹੋਇਆ ਭੈਣ ਮੈਂ ਕਿਹਾ ਛੁਰੀਆਂ ਲੈ ਆ ਕਿਸੇ ਨਾਲ ਲੜ ਨਹੀਂ ਭੈਣ ਇਹਨਾਂ ਪੀਂਦਾ ਖਾਣਾ ਹੈ ਇਹਨਾਂ ਕੱਟਣਾ ਤੇ ਇਹਨਾਂ ਖਾਣਾ ਹੈ ਮੈਨੂੰ ਸਮਝ ਆ ਰਿਹਾ ਹੈ ਹਾਂਜੀ ਉਹ ਕਾਕਾ ਅਸੀਂ ਤੇ ਖਾਧੀਆਂ ਪੀਤੀਆਂ ਸਾਡੀਆਂ ਇਹ
ਸਾਨੂੰ ਸਮਝਾ ਰਿਹਾ ਆ ਸਰ ਆ ਗਏ ਪੀਜ਼ਾ ਪੀਜ਼ਾ ਲੈ ਕੇ ਆ ਤੂੰ ਪੀਜ਼ਾ ਹਾਏ ਮਰ ਗਿਆ ਕਿੱਥੇ ਪੀਜ਼ੇ ਵਾਲਾ ਹੈਲੋ ਅਸਲਾਮ ਅਲੈਕੁਮ ਆ ਪੈਣ ਆ ਗਏ ਦੋਸਤ ਪੀਜ਼ਾ ਤਵਾ ਵੀ ਲੈ ਆ ਨਾਲ ਤਵਾ ਨਹੀਂ ਭਾਜੀ ਐ ਇਦਾਂ ਕੱਟੀ ਦਾ ਆ ਲਿਖੋ ਇਦਾਂ ਅੱਛਾ ਇਹਨਾ ਚੁਕਣਾ ਹੈ ਲਾਇਆ ਤੂੰ ਤੇ ਦਾਇਆ ਆਇਆ देखो खा खा मेरा सोना खा लो जी सर खा यार खा सर लाल कैचअप ले लेना सर नहीं खाना देखो इन ऐदा कटना है जनाब इन इस तरह कट के इना लगा के देखो ऐदा करना है ऐ खाना हरकत की थी सर इस तरह खाना वा पिज्जा अच्छा ए खब्बे च फड़नी है अच्छा अरे ओ यार साढ़े को कुत्ते खादा जाता है ऐदा अचार हुंदा बहुत मजा इना अचार नहीं हुंदा सर की हो गया तुहानू कैचअप भी हुंदी है ना पिंड आ कदी तेरी सेवा करिए तेनू अचार खिलाइए उत्थे बहु डर ना तू आ किसे दिन तेनू उत्थे तेरी सेवा करिए याद करेगा भी कोई यार बनिया सी अपना मैं भाई जरा बिल लैके आया वो मैनेजर साहब आ गए हैं बड़ा पीजा पीजा सुनया कि अज खा ही लिया पीजा भी दो भाई आ बिल ले सर बिल हां जी बिल भाई 1080 रुपए आखरी डेट कदों मैं बिजली का बिल देता भाजी गैस का देता या पानी का देता तुम मैं 1080 रुपये 1080 ये बनते 540 अद्धा बिल तू देना अद्धा बिल ओ सोने मेरे नाल खादा या तू बह गए अद्धा तू खादा या अद्धा मैं खादा या मैं तेन आखूंगा खूह छाल मार दे तू मार दूंगा नहीं भैन मेनु यार मैं तेन आखा के सारी दिहाड़ी इतने पीजे बनाई आ वंडी आ वंडी जाऊंगा तू निकल बाहर देखता निकल